वक्त असीं टिकरी बॉर्डर ते मौजूद हां। केएमपी हाईवे नूं बंद कीता गया है ते इस वक्त मेरे नाल किसानां दे लीडर रुलदू सिंह मानसा जी खुंडे वाला बापू साडे नाल मौजूद ने। उन्हां नाल गलबात करांगे, उन्हां तों वधेरी जानकारी लवांगे इस बारे। मानसा साहब, किहो जिहा लोकां दा हुलारा इत्थे देखण नूं मिल रिहा तुहानूं अज केएमपी हाईवे बंद कीता गया है? तुसीं लोकां दा रोह देख लो, शांतमई दोलन चल रहा है, कोई लंगर चल रहा है, कितने पकौड़े खवाए जा रहे हैं, कितने चाह पियाई जा रही है, जो हमारी खा पीता तो लस्सी पियाई जाती है, मगर लस्सी बड़े बड़े ढोल भर के लिए लस्सी है, बहुत वधिया चल रहा है। 24 घंटे रखांगे, कल को 8 बजे इसको उठावांगे, 24 घंटे चलूगा। ते असि किते ना किते लोकां दे दिमाग दे विच इक सवाल सीगा कि जिहड़ा किसानी अंदोलन हैगा ओहदे विच लोकां दी संख्या घटदी जा रही है, लेकिन अज बहुत वड्डी संख्या देखण नूं मिल रही है। ये लोग पहले भी उत्थे ने, ऐवें लोकां नूं भुलेखा है, अज असीं उह सारयां नूं बाहर कढ लए, नहीं उह ट्रालियां च रहिंदे पए रहिंदे नेगे, उह सारे उन्हां नूं कहो चलो एक एक बंदा उत्थे छड्डे, तां वी हजारां बंदा उत्थे अजे बैठा हैगा, एक बंदा ट्राली छड्डीए हजारां ट्रैक्टर खड़ा हैगा, तां उहदे विच उत्थे लोक बैठे नेगे, पर अज सारे आ गए, पता है उहनां नूं वी साडा अंदोलन है, आ साडा जाणा जरूरी है, 24 घंटे रहणगे, सारे रात नूं इत्थे रहांगे, लीडर भी इत्थे रहणगे, वर्कर भी इत्थे रहणगे। एक कल बहुत वड्डी खबर आई कि तुहाडे पोते नूं सुखी नूं पुलिस वाले चक के लै गए सी, की सीन होया सी? उह कल ब्यौंतबाजी करे उरे लै के आउणे सी मुंडे, उहनें उह किते खड़े गल करी जांदे सीगे, उत्थे DSP आ गया नवां, ਉਹ ਖਾਸਾ ਮੰਦਾ ਪੁੱਛਰਿਆ ਹੁੰਦਾ ਪੁਲਿਸ ਵਾਲਾ, ਉਹਨੂੰ ਕਿਸੇ ਨੇ ਕਿਹਾ ਵੀ ਆਹ ਮੁੰਡੇ ਮਜ਼ਾਰੇ ਕਰਦੇ ਨੇਗੇ, ਉਹ 3-4 ਸਾਥੀ ਉਹਨੂੰ ਕੱਲ੍ਹ ਸਾਰਾ ਦੇ ਥਾਣੇ 'ਚ ਰੱਖਿਆ, ਅੱਜ ਉਹਨੇ ਮਾਫ਼ੀ ਮੰਗੀ ਆ DSP ਨੇ, ਹੱਥ ਬੰਨ ਕੇ ਮੈਨੂੰ ਫੋਨ ਆਇਆ ਸੀ ਗੁਰਜੰਟਰ ਨਾਲ ਗੱਲ ਕਰੀ ਵੀ ਕਿਵੇਂ ਕਰੀਏ, ਮੈਂ ਕਿਹਾ ਜੇ ਮਾਫ਼ੀ ਮੰਗ ਛੱਡ ਦਾ ਆਪਣੀ ਇਹਨਾਂ ਨਾਲ ਕੋਈ ਲੜਾਈ ਨਹੀਂ, ਪੁਲਿਸ ਨਾਲ ਦੀ ਕੋਈ ਲੜਾਈ ਨਹੀਂ, ਸਾਡੀ ਲੜਾਈ ਆ ਸਰਕਾਰ ਨਾਲ, ਸਰਕਾਰ ਨਾਲ ਲੜਾਂਗੇ। ਉਹ ਡਰਾਉਣਾ ਚਾਹੁੰਦੇ ਨੇ, ਮੈਂ ਪੁੱਛਿਆ ਸੀ ਪੋਤੇ ਨੂੰ, ਮੈਂ ਕਿਹਾ ਕਿਵੇਂ ਪੂਰਿਆ ਕਰਿਆ ਤੈਨੂੰ, ਕਹਿੰਦਾ ਉਹ ਡਰਾਉਣਾ ਚਾਹੁੰਦੇ ਨੇ, ਐ ਮੈਂ ਡਰਦਾ ਡਰਦਾ ਨਹੀਂ, ਜੋ ਮਰਜ਼ੀ ਕਰਨ। ਪਹਿਲੇ ਤਾਂ ਸੁਖੀ ਸੀਗਾ ਅਡਾਨੀ ਅੰਬਾਨੀ ਦਾ ਫੈਨ, ਹੁਣ ਦਾਦੇ ਦਾ ਫੈਨ ਹੈ? ਹੁਣ ਦਾਦੇ ਦਾ ਕਿ ਹੁਣ ਲੋਕਾਂ ਦਾ ਫੈਨ ਹੈ, ਆਪਦੇ ਸੰਘਰਸ਼ੀਲ ਲੋਕਾਂ ਦਾ ਫੈਨ ਹੈ, ਇਕੱਲੇ ਦਾਦੇ ਦਾ ਨਹੀਂ, ਜਿੰਨੇ ਵੀ ਅਸੀਂ ਲੋਕ ਲੜਦੇ ਹਾਂ ਉਹਨਾਂ ਦਾ ਫੈਨ ਹੈ ਉਹ। ਤੇ ਹੁਣ ਕਿਹੋ ਜਿਹਾ ਲੱਗਦਾ ਹੈ ਕਿ ਜਿਹਨੂੰ ਤੁਸੀਂ ਬਦਲਣਾ ਚਾਹਦੇ, ਤੁਸੀਂ ਸ਼ੁਰੂਆਤ ਕੀਤੀ ਘਰੋਂ, ਸ਼ੁਰੂਆਤ ਕੀਤੀ ਤਾਂ ਬਾਹਰ ਨਿਕਲ ਕੇ ਆਏ ਹੋ, ਹੁਣ ਕਿਦਾਂ ਦਾ ਲੱਗਦਾ ਹੈ ਕਿ ਪਹਿਲਾਂ ਘਰ ਬਦਲਿਆ ਹੁਣ ਬਾਹਰ ਬਦਲਾਂਗਾ? ਹਾਂ, ਮੈਂ ਜੇ ਘਰ ਦੇ ਵਿੱਚ ਸੁਧਾਰ ਹੋਊਗਾ ਫਿਰ ਹੀ ਲੋਕਾਂ ਨੂੰ ਸੁਧਾਰਾਂਗੇ, ਜੇ ਆਪਦੇ ਘਰੇ ਸੁਧਾਰ ਨਹੀਂ ਹੋਊਗਾ ਦੂਜਿਆਂ ਨੂੰ ਕਿਹੋ ਕਰਦਾ ਕਿ ਸੁਧਾਰ ਆ ਜਾਊਗਾ? ਜੇ ਉਹ ਥੋੜ੍ਹਾ ਜਿਹਾ ਸਾਨੂੰ ਖਤਰਾ ਦੀ ਵੀ ਬੱਚਾ ਦੂਸਰੀ ਲਾਈਨ ਤੇ ਚੜ੍ਹ ਜੇ ਤਾਂ ਔਖਾ ਹੋ ਜਾਂਦਾ ਗਾ, ਅੱਜ ਮੈਨੂੰ ਹੌਸਲਾ ਹੈ, ਉਹ ਉੱਥੇ ਲੜ ਰਹੇ ਨੇ, ਮੈਂ ਇੱਥੇ ਲੜ ਰਿਹਾ, ਮੈਂ ਤਾਂ ਬਹੁਤ ਖੁਸ਼ ਹਾਂ, ਮੈਂ ਇੱਕ ਤਰ੍ਹਾਂ ਕਿਸਮਤ ਵਾਲਾ ਬੰਦਾ ਗਾ ਜਿਹਦਾ ਤੀਜੀ ਪੀੜ੍ਹੀ ਸੰਘਰਸ਼ ਦੇ ਵਿੱਚ ਆਜੇ ਦੇ ਅੱਖੀਂ ਦੇਖਦੇ ਦੇਖਦੇ ਇਹਦੋਂ ਚੰਗਾ ਕੀ ਹੈ। ਤੇ ਅਗਲੀ ਕਾਲ ਦਿੱਤੀ ਗਈ ਆ ਜਿਹੜੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਸਦ ਵੱਲ ਨੂੰ ਜਾਣਾ ਹੈਗਾ ਆ, ਸੰਸਦ ਨੂੰ ਜਾਣ ਦੀ ਅਗਲੀ ਕਾਲ ਹੈਗੀ ਆ, ਉਹਦੇ ਬਾਰੇ ਵੀ ਵੱਡਾ ਇਕੱਠ ਕੀਤਾ ਜਾਏਗਾ? ਹੁਣ ਮੋਦੀ ਸਾਡਾ ਦੇਖ ਰਹੇ ਰੰਗ ਢੰਗ ਦੀ ਮਰਜ਼ੀ ਹੈ, ਪਰ ਉਹ 17 ਤਰੀਕ ਦੀ ਮੀਟਿੰਗ ਹੈ, ਉਹ 'ਚ ਵਿਚਾਰਾਂਗੇ ਕਿਵੇਂ ਕਰਨਾ, 17 ਦੀ ਮੀਟਿੰਗ ਹੈ ਉਹ ਹੋਊਗਾ। ਸਰ, ਜਿਹੜੀ ਜਨਤਾ ਤੁਹਾਨੂੰ ਦੇਖ ਰਹੀ ਹੈ ਉਹਦੇ ਵਾਸਤੇ ਤੁਹਾਡੀ ਅਪੀਲ ਕੀ ਹੈ ਇਸ ਵਕਤ ਚੱਲਦੇ ਅੰਦੋਲਨ ਦੇ ਵਿੱਚ? ਲੋਕਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ, ਉੱਥੇ ਖੁੰਡਾਂ ਦੇ ਨਾ ਬੈਠਣ, ਸੱਥਾਂ 'ਚ ਨਾ ਬੈਠਣ, ਜਿਹਨੂੰ ਕੰਮ ਆ ਉਹ ਕੰਮ ਕਰੇ, ਦੂਜਾ ਉਰੇ ਆਵੇ, ਇੱਥੇ ਹੁਣ ਇੱਥੇ ਆਉਣ ਦੀ ਬੇਨਤੀ ਕਰਦਾ ਤੁਹਾਡੇ ਰਾਹੀਂ, ਜਿਹੜੇ ਕੋਈ ਬੈਠੂਗਾ ਸਮਝ ਲਓ ਅੰਦੋਲਨ ਦਾ ਵਿਰੋਧੀ ਹੋਊਗਾ, ਬਿਨਾਂ ਵਿਹਲਾ ਉੱਥੇ ਬੈਠੂਗਾ, ਜਿਹਨੂੰ ਕੰਮ ਹੈ ਕੰਮ ਕਰੇ, ਕਣਕ ਵਾਲਾ ਕਣਕ ਤੋਲੇ, ਵਢਾਉਣ ਵਾਲਾ ਵਢਾਵੇ, ਹੱਕ ਬਣਦਾ ਦਾਣੇ ਸਾਹਮਣੇ ਨੇ, ਉਹ ਸਾਰੇ ਭਾਰਤ ਦੇ ਕਿਸਾਨਾਂ ਨੂੰ ਕਹਿਣਾ, ਬਾਕੀ ਲੋਕ ਹੋ ਰਹੇ ਆਉਣ, ਖਾਸ ਕਰਕੇ 4 ਸਟੇਟਾਂ ਦੇ ਕਿਸਾਨ ਇੱਥੇ ਆਉਣ ਹੀ ਆਉਣ, ਯੂਪੀ, ਹਰਿਆਣਾ, ਰਾਜਸਥਾਨ, ਪੰਜਾਬ, ਇਹ ਲੋਕ ਨੇੜੇ ਪੈਂਦੀਆਂ ਦੋਨੇ ਤੇ ਚਾਰੇ ਸਟੇਟਾਂ, ਇਹਨਾਂ ਨੂੰ ਤਾਂ ਜ਼ਰੂਰੀ ਹੈ ਵਿਹਲੇ ਨਾ ਬੈਠਣਾ, ਇੱਥੇ ਆਉਣ। ਇਹ ਸੀਗੇ ਰੁਲਦੂ ਸਿੰਘ ਮਾਨਸਾ ਜੀ ਸਾਡੇ ਨਾਲ ਗੱਲ ਕਰ ਰਹੇ, ਜਿਨ੍ਹਾਂ ਨੇ ਦੱਸਿਆ ਕਿ ਸਭ ਤੋਂ ਵੱਡੀ ਉਹਨਾਂ ਵਾਸਤੇ ਖੁਸ਼ਖਬਰੀ ਇਹ ਹੈਗੀ ਹੈ ਕਿ ਜਿੱਦਾਂ ਉਹਨਾਂ ਨੇ ਆਪਣਾ ਪੂਰਾ ਜੀਵਨ ਕਿਸਾਨਾਂ ਨੂੰ ਦੇ ਦਿੱਤਾ, ਕਿਸਾਨੀ ਅੰਦੋਲਨਾਂ ਨੂੰ ਦੇ ਦਿੱਤਾ, ਉਹਨਾਂ ਦੇ ਹਿੱਤਾਂ ਵਾਸਤੇ ਦੇ ਦਿੱਤਾ, ਅੱਜ ਤੀਜੀ ਪੀੜ੍ਹੀ ਉਹਨਾਂ ਦਾ ਪੋਤਾ ਵੀ ਕਿਸਾਨਾਂ ਦੇ ਨਾਲ ਖੜਾ ਆ, ਅਤੇ ਉਹਨਾਂ ਨੇ ਸ਼ੁਰੂਆਤ ਜਿਹੜੀ ਕੀਤੀ ਹੈ ਆਪਣੇ ਘਰੋਂ ਕੀਤੀ ਹੈ, ਘਰੋਂ ਬਦਲਾਵ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਤੋਂ ਬਾਅਦ ਲੋਕਾਂ ਨੂੰ ਉਹਨਾਂ ਨੇ ਇਹੀ ਅਪੀਲ ਕੀਤੀ ਹੈ, ਜਿਹੜੇ ਲੋਕ ਘਰਾਂ ਦੇ ਵਿੱਚ ਬੈਠੇ ਨੇ ਉਹ ਇੱਥੇ ਪਹੁੰਚਣ, ਜਿਹੜਾ ਜਿੰਨੇ ਦਿਨ ਦੀ ਆਪਣੀ ਸ਼ਿਰਕਤ ਇੱਥੇ ਕਰ ਸਕਦਾ ਹੈ ਉਹ ਕਰੇ, ਅਤੇ ਕਿਸਾਨੀ ਅੰਦੋਲਨ ਦੇ ਵਿੱਚ ਆਪਣਾ ਹਿੱਸਾ ਪਾਵੇ, ਕਿਉਂਕਿ ਇਹ ਅੰਦੋਲਨ ਸਿਰਫ ਕਿਸਾਨਾਂ ਦਾ ਨਹੀਂ ਹੈ, ਸਾਰਿਆਂ ਦਾ ਹੈ।